ਆਲੂ ਟਮਾਟਰ ਤੇ ਪਿਆਜ਼ ਦੀ ਖੇਤੀ ਕਰਨ ਵਾਲੇ ਕਿਸਾਨਾਂ ਲਈ ਕੇਂਦਰ ਦੇ ਫੂਡ ਪ੍ਰੋਸੈਸਿੰਗ ਮੰਤਰਾਲੇ ਨੇ ਅੱਜ ਇੱਕ ਪੋਰਟਲ ਜਾਰੀ ਕੀਤਾ ਜਿਸ ਬਾਰੇ ਜਾਣਕਾਰੀ ਦਿੰਦਿਆਂ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਦੱਸਿਆ ਕਿ ਇਸ ਪੋਰਟਲ ਰਾਹੀਂ ਗਾਹਕ ਕਿਸਾਨ ਇੰਡਸਟਰੀ ਤੇ ਸਰਕਾਰ ਨੂੰ ਕਾਫੀ ਲਾਭ ਮਿਲੇਗਾ। ਉਹਨਾਂ ਦੱਸਿਆ ਕਿ ਇਸ ਦੇ ਨਾਲ ਹੀ ਹਰ ਤਰ੍ਹਾਂ ਦੇ ਹੋਣ ਵਾਲੇ ਨੁਕਸਾਨ ਤੋਂ ਵੀ ਬਚਿਆ ਜਾ ਸਕਦਾ। ਇਸ ਦੇ ਨਾਲ ਇੱਕ ਤਾਂ ਟਰੈਕਿੰਗ ਹੋਊਗੀ ਕਿ ਬਈ ਪੰਜਾਬ 'ਚ ਆਲੂ ਕਿੰਨਾ ਬੀਜਿਆ ਗਿਆ ਹੈਗਾ। ਹਾਲਾਂਕਿ ਸਾਡੇ ਪੰਜਾਬ 'ਚ ਜ਼ਿਆਦਾਤਰ ਸਾਡਾ ਸੀਡ ਬਾਕੀ ਦੇਸ਼ਾਂ 'ਚ ਜਾਂਦਾ, ਲੇਕਿਨ ਫਿਰ ਵੀ ਇਹਦੇ 'ਚੋਂ ਦੇਖ ਸਕਣਗੇ ਕਿ ਦੂਜੇ ਵੈਸਟ ਬੰਗਾਲ 'ਚ, ਗੁਜਰਾਤ 'ਚ ਕਿੰਨਾ ਆਲੂ ਆ ਰਿਹਾ, ਪੰਜਾਬ 'ਚ ਕਿੰਨਾ ਆ ਰਿਹਾ ਹੈ, ਸਭ ਤੋਂ ਨੇੜੇ ਦੀ ਮੰਡੀ ਉੱਥੇ ਹਰ ਸਾਲ ਕੀਮਤਾਂ ਕੀ ਰਹਿੰਦੀਆਂ ਨੇ, ਸਾਡਾ ਕ੍ਰੋਪ ਕਿਸ ਮਹੀਨੇ 'ਚ ਆ ਰਿਹਾ ਅਤੇ ਪਿਛਲੇ ਸਾਲ ਉਸੀ ਮਹੀਨੇ 'ਚ ਉਸ ਮੰਡੀ 'ਚ ਕਿੰਨੇ ਵਿਕਦਾ ਸੀਗਾ, ਪਿਛਲੇ ਤੋਂ ਪਿਛਲੇ ਸਾਲ ਕਿੰਨੇ ਵਿਕਦਾ ਸੀ, ਤਾਂ ਆਉਣ ਵਾਲੇ ਉਸ ਮਹੀਨੇ 'ਚ ਕਿੰਨੇ ਦਾ ਵਿਕੂਗਾ। ਇਹਨਾਂ ਚੀਜ਼ਾਂ ਨਾਲ ਕਿਸਾਨਾਂ ਨੂੰ ਵੀ ਪਤਾ ਲੱਗ ਜੂ ਕਿ ਇਹ ਸਾਈਕਲਿਕ ਹੈਗਾ ਕਿ ਕਿਸ ਮੰਡੀ 'ਚ ਉਹਨਾਂ ਨੂੰ ਜਾ ਕੇ ਉਹਨਾਂ ਨੂੰ ਜ਼ਿਆਦਾ ਭਾਅ ਮਿਲੂਗਾ। ਨਾਲੇ ਜਿਵੇਂ ਤੁਸੀਂ ਕੱਲ੍ਹ ਦੇਖਿਆ ਕਿ ਅਸੀਂ ਲਾਡੋਵਾਲ ਮੈਗਾ ਫੂਡ ਪਾਰਕ 'ਚ ਇੰਡਸਟਰੀ ਵੀ ਅਸੀਂ ਸਾਰੀ ਜਗ੍ਹਾ ਲਗਾ ਰਹੇ ਹਾਂ, ਜਿਹਦੇ ਨਾਲ ਇੰਡਸਟਰੀ ਨੂੰ ਵੀ ਪਤਾ ਲੱਗ ਜੂਗਾ ਕਿ ਹੁਣ ਵੈਸਟ ਬੰਗਾਲ 'ਚ ਆਲੂ ਇੰਨੇ ਦਾ, ਯੂਪੀ 'ਚ ਇੰਨੇ ਦਾ, ਗੁਜਰਾਤ 'ਚ ਇੰਨੇ ਦਾ, ਪੰਜਾਬ 'ਚ ਇੰਨੀ ਏਕੜ ਦਾ ਇਹ ਐਵਰੇਜ ਪ੍ਰਾਈਸ ਰਹੀ ਹੈ। ਸੋ ਇੰਡਸਟਰੀ ਨੂੰ ਵੀ ਫਾਇਦਾ ਹੋਊਗਾ ਕਿ ਪੰਜਾਬ 'ਚ ਸਸਤਾ ਤਾਂ ਇੱਥੋਂ ਖਰੀਦੀਏ। ਸੋ ਜਿਵੇਂ ਮੈਂ ਕਿਹਾ ਕਿ ਇਹ ਤਿੰਨਾਂ ਨੂੰ, ਕੰਜ਼ਿਊਮਰਸ ਨੂੰ, ਕਿਸਾਨਾਂ ਨੂੰ ਅਤੇ ਇੰਡਸਟਰੀ ਨੂੰ, ਤਿੰਨਾਂ ਨੂੰ ਇਸ ਇਨਫੋਰਮੇਸ਼ਨ ਦੇ ਨਾਲ ਆਪਣਾ ਅੱਗੇ ਦਾ ਸਟੈਪ ਪਲਾਨ ਕਰਨ 'ਚ ਅਤੇ ਇਨਕਲੂਡਿੰਗ ਸਰਕਾਰਾਂ ਨੂੰ। ਦੱਸਦੀ ਕਿ ਕੇਂਦਰ ਸਰਕਾਰ ਵੱਲੋਂ ਆਪਰੇਸ਼ਨ ਗ੍ਰੀਨ ਦੀ ਸ਼ੁਰੂਆਤ ਕੀਤੀ ਗਈ ਸੀ ਜਿਸ ਤਹਿਤ ਇਸ ਪੋਰਟਲ ਨੂੰ ਜਾਰੀ ਕੀਤਾ ਗਿਆ। ਦਿੱਲੀ ਤੋਂ ਨਿਤਿਨ ਧੀਮਾਨ ਦੀ ਰਿਪੋਰਟ, ਦੈਨਿਕ ਸਵੇਰਾ ਟੀਵੀ। All World Open Challenge 17 time gold medalist Mia Rafiq Mohammed, Pandit Maulvi Begum Tantrik, inna chora thagga to savdan, specialist Vashikaran Satta number love marriage, pati patni ch anban, videsh ch pakka hona, karobar da na chalna, sirf 31 ghantiyan vich samadhan, free Mia Rafiq Mohammed, mobile 84374 94647 84374 94648।